ਕੇਂਦਰ ਸਰਕਾਰ ਨੇ ਫਸਲਾਂ ਦੇ ਭਾਅ ਵਿੱਚ ਵਾਧੇ ਦੇ ਨਾਲ ਹੀ ਖਾਦਾਂ ਦੇ ਰੇਟ ਵੀ ਵਧਾ ਦਿੱਤੇ ਨੇ। ਡੀਏਪੀ ਖਾਦ ਦੇ ਥੈਲੇ ਦੀ ਕੀਮਤ ਵਿੱਚ 140 ਰੁਪਏ ਦਾ ਵਾਧਾ ਕੀਤਾ ਗਿਆ ਹੈ। ਹੁਣ ਇਹ 1250 ਰੁਪਏ ਤੋਂ 1390 ਰੁਪਏ ਹੋ ਗਿਆ ਹੈ। ਪੰਜਾਬ ਦੀਆਂ ਮੁੱਖ ਫਸਲਾਂ ਕਣਕ, ਆਲੂ, ਗੰਨਾ ਅਤੇ ਹੋਰ ਫਸਲਾਂ ਵਿੱਚ ਡੀਏਪੀ ਖਾਦ ਦੀ ਵਰਤੋਂ ਹੁੰਦੀ ਹੈ। ਪੰਜਾਬ ਵਿੱਚ ਲਗਭਗ 8 ਲੱਖ ਟਨ ਡੀਏਪੀ ਖਾਦ ਦੀ ਖਪਤ ਹੈ। ਮੋਗਾ ਦੇ ਪਿੰਡ ਰੌਲੀ ਅਤੇ ਮਾਣੂਕੇ ਦੇ ਕਿਸਾਨਾਂ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਕਣਕ ਤੇ 104 ਰੁਪਏ ਦਾ ਬੋਨਸ ਦੇ ਕੇ ਉਸ ਤੋਂ ਕਿਤੇ ਵੱਧ ਬੋਝ ਕਿਸਾਨਾਂ ਦੀ ਜੇਬ ਤੇ ਹੁਣ ਪਾ ਦਿੱਤਾ ਹੈ।